भाई मेरी गल सुन टक्का कितना कर रहे हो बेदखल नहीं किया ने सानू ठीक है मैं ऐन रोटी दे रही थी कौन कहना बेदखल किया वे ए वीरा कहना बेदखल किया वे कार्रवाई दसूगी कानूनी कार्रवाई मैं कह रहा हाँ जो भी है कागज दसणगे बुगे जी पुत कागज दस कागज दसणगे तां अपना कानूनी कार्रवाई करो तुसी हाथ ला तुसी वीडियो बना रहे हो पहले गल तो दसो भी गल की है ए कुड़ी दसूगी मुझको की गल दसो ऑन रिकॉर्डिंग लाइव हां जी मेरा और मेरे घर वाले दा पर्सनल मैटर आ ए बंदे ने मेरे घर वाले नु प्रसाद मा के मेरे का ए बंदा तीमियां लेके आंदा साडे घर उरे जी इन्हें हुण भी इस टाइम एक तीमी रखी छड्डी भी आ क्योंकि ये चार सौ दे बच सकते हैं क्योंकि मेरा हाल तक मेरे घर वाले ना तलाक नहीं होया है पंद्रह साल का बेटा है ठीक है जी अपने साडा काम है भेणा नु बसाउणा मतलब बेची ओदे विचों इहनू कुछ ना कुछ मिलिया मुआफा मिलिया इहनू नहीं की लोड़ा पिंड दा होर भी बंदा है जो थोड़ी कानूनी कार्रवाई बनती है वो कर लो इहदे च तां कोई ओह नहीं हैगा बनती कानूनी कार्रवाई वो करो मेनू उत्थे छड्ड के आया मेरी कोई किसी ना सास सहुरे ना लड़ाई झगड़ा नहीं था ना मेरे घर वाले ना उत्थे जाके पता नहीं है बंदिया ने की ओनू तुमाया उत्थे जाके मेरे ना लड़ाई हुई है मेरे घर वाले दी साल का बेटा है जमीन भी बेचती ठीक है जी असि जेड़ा साडा कार्ज है जे कुड़ी का हक मिला जाए इन्हू बसाया जाए इतने असि बसाउन वास्ते आए हैं कोई ओ नहीं कर मेरे पूरी जायदाद मेरे मुंडे नू ही खत्म करता ए बंदे ने ਇਹ ਬੰਦੇ ਨੇ ਮੇਰਾ ਘਰ ਪੱਟਤਾ ਜੀ ਸਰਪੰਚ ਆ ਕੀ ਕਰ ਰਹੇ ਹੋ ਕੀ ਕਰ ਰਹੇ ਹੋ ਵੀਡੀਓ ਬਣਾ ਰਹੇ ਹੋ ਤੁਸੀਂ ਕਿਸ ਚੀਜ਼ ਦੀ ਮਤਲਬ ਕੀ ਤੁਸੀਂ ਬੰਦੇ ਨੂੰ ਨਜਾਇਜ਼ ਤੰਗ ਕਰ ਰਹੇ ਹੈ ਬਾਬਾ ਜੀ ਨੇ ਆ ਕੇ ਇਹ ਬੇਦਖਲ ਕਰੇ ਹੋਏ ਨੇ ਉਹਨਾਂ ਨੇ ਕੌਣ ਮੁੰਡਾ ਤੇ ਨੂੰ ਉਹਦੇ ਬੇਦਖਲ ਕਰੇ ਹੋਏ ਨੇ ਬੰਦੇ ਦੀਆਂ ਲੱਤਾਂ ਖੜੀਆਂ ਨੇ ਬੰਦੇ ਦੀਆਂ ਲੱਤਾਂ ਖੜੀਆਂ ਨੇ ਬਾਈ ਜੀ ਉਹਨੂੰ ਕੋਈ ਸੇਵਾ ਕਰਨਾ ਨਹੀਂ ਉਹਨੇ ਕੰਮ ਵਾਲੇ ਇੱਕ ਛੋਟੀ ਜਿਹੀ ਗੱਲ ਪੁੱਛੂਗਾ ਤੁਸੀਂ ਦੋਹੇ ਤਰ੍ਹਾਂ ਦਾ ਫੈਸਲਾ ਹੱਕ ਦੇ ਵਿੱਚ ਕਰੋਗੇ ਫਿਰ ਵੀਡੀਓ ਬਣਾਉਣ ਦਾ ਕੀ ਮਤਲਬ ਹੈ ਇੱਕ ਤਰਫਾ ਗੱਲ ਕਰ ਰਹੇ ਹੋ ਇੱਕ ਤਰਫਾ ਕਿਉਂ ਕਰਦੇ ਹੋ ਧੱਕਾ ਕਰਦੇ ਹੋ ਤੁਸੀਂ ਆ ਕੇ ਬੰਦੇ ਨੂੰ ਡਰਾਉਂਦੇ ਹੋ ਆ ਕੇ ਦਬਕਾ ਮਾਰਦੇ ਹੋ ਇਹਨਾਂ ਨੇ ਕੁੱਟਿਆ ਇਹਨਾਂ ਨੇ ਕੁੱਟਿਆ ਵੱਡੇ ਕੁਝ ਕਰਿਆ ਕਿਹਾ ਨਹੀਂ ਦਬਕਾ ਮਾਰਦੇ ਹੋ ਕਿੱਦਾਂ ਦੇਖੋ ਵਰਸੀ ਲੈ ਕੇ ਖੜੇ ਨੇ ਬਾਈ ਜੀ ਉਹਨੇ ਨਹੀਂ ਦਬਕਾ ਵੇਲੇ ਸ਼ਾਂਤ ਖੜੇ ਨੇ ਸ਼ਾਂਤ ਕਿੱਥੇ ਘਰੇ ਜਾ ਕੇ ਹਮਲਾ ਕਰਕੇ ਆਏ ਬਾਈ ਜੀ ਇਹ ਥੋੜੀ ਤੁਸੀਂ ਹੁਣ ਚਲੋ ਸਾਰਾ ਪਿੰਡ ਨਾਲ ਖੜਾ ਉਹਨਾਂ ਦੇ ਵੀਡੀਓ ਹੈਗੀ ਸਾਰਾ ਪਿੰਡ ਨਾਲ ਖੜਾ ਬਾਬਾ ਜੀ ਆਪਣੇ ਕੋਲ ਵੀਡੀਓ ਹੈਗੀ ਸਬੂਤ ਹੈਗੇ ਇਹਨਾਂ ਨੇ ਸਾਰੇ ਸਬੂਤ ਨੇ ਵੀਰੇ ਕੋਈ ਕੱਟ ਵੱਟ ਕਰੀ ਹੋਵੇ ਕੁਝ ਕਰਿਆ ਉਹਦੇ ਵਿੱਚ ਸਾਰੇ ਸਬੂਤ ਪੇਸ਼ ਕੀਤੇ ਜਾਣਗੇ ਬਾਈ ਜੀ ਕੋਰਟ ਦੇ ਵਿੱਚ ਸਾਰੇ ਸਬੂਤ ਪੇਸ਼ ਕੀਤੇ ਮੈਨੂੰ ਇਹ ਸੁਣਨੇ ਕੇਸ ਨਹੀਂ ਚੱਲ ਰਿਹਾ ਇੱਕ ਮਿੰਟ ਜੀ ਇੱਕ ਮਿੰਟ ਜਦੋਂ ਕੇਸ ਚੱਲੂਗਾ ਉਦੋਂ ਪੇਸ਼ ਕੀਤੇ ਜਾਣਗੇ ਸਾਰੇ ਸਬੂਤ ਬੈਠੇ ਨੇ ਇਹ ਬੰਦੇ ਨੇ ਮੇਰੇ ਪੂਰੀ ਜਾਇਦਾਦ ਮੇਰੇ ਮੁੰਡੇ ਨੂੰ ਹੀ ਖਤਮ ਕਰਤਾ ਇਹ ਬੰਦੇ ਨੇ ਇਹ ਬੰਦੇ ਨੇ ਮੇਰਾ ਘਰ ਪੱਟਤਾ ਜੀ ਸਰਪੰਚ ਤੁਸੀਂ ਵੀਡੀਓ ਬਣਾ ਰਹੇ ਹੋ ਪਹਿਲਾਂ ਗੱਲ ਤਾਂ ਦੱਸੋ ਵੀ ਗੱਲ ਕੀ ਹੈ ਇਹ ਕੁੜੀ ਦੱਸੂਗੀ ਮੂੰਹ ਤੋਂ ਕੀ ਗੱਲ ਆ ਦੱਸੋ ਔਨ ਰਿਕਾਰਡਿੰਗ ਲਾਈਵ ਚੱਲ ਹਾਂਜੀ ਮੇਰਾ ਔਰ ਮੇਰੇ ਘਰ ਵਾਲੇ ਦਾ ਪਰਸਨਲ ਮੈਟਰ ਆ ਇਹ ਬੰਦੇ ਨੇ ਮੇਰੇ ਘਰ ਵਾਲੇ ਨੂੰ ਪ੍ਰਤਾਪ ਮਾ ਕੇ ਮੇਰੇ ਦਾ ਇਹ ਬੰਦਾ ਤੀਮੀਆਂ ਲੈ ਕੇ ਆਉਂਦਾ ਸਾਡੇ ਘਰ ਉਰੇ ਜੀ ਇਹਨੇ ਹੁਣ ਵੀ ਇਸ ਟਾਈਮ ਇੱਕ ਤੀਮੀ ਰੱਖੀ ਛੱਡੀ ਵੀ ਆ ਕਿਉਂਕਿ ਇਹ ਚਾਰ ਸੌ ਵੀਹ ਦੇ ਵਿੱਚ ਬਚ ਸਕਦੇ ਆ ਕਿਉਂਕਿ ਮੇਰਾ ਹਾਲੇ ਤੱਕ ਮੇਰੇ ਘਰ ਵਾਲੇ ਨਾਲ ਤਲਾਕ ਨਹੀਂ ਹੋਇਆ ਹੈਗਾ ਇਹ ਬੰਦੇ ਨੇ ਸਾਡੀ ਜਾਇਦਾਦ ਔਰ ਮੇਰੇ ਪੁੱਤ ਨੂੰ ਜਮਾ ਹੀ ਨਗਾ ਕਰਤਾ ਕਿਉਂਕਿ ਇਹਨੂੰ ਖੁਦ ਨੂੰ ਨਹੀਂ ਪਤਾ ਵੀ ਇਹਦਾ ਇੱਕ ਪੁੱਤ ਆ ਮੇਰੀ ਗੱਲ ਸੁਣੋ ਤੁਹਾਡੇ ਵਿਆਹ ਨੂੰ ਕਿੰਨੀ ਦੇਰ ਹੋ ਗਈ ਇਸ ਪਿੰਡ ਚ ਵਿਆਹ ਨੂੰ ਜੀ 15 ਸਾਲ ਹੋ ਗਏ ਇਹ ਪਿੰਡ ਚ ਆਈ 1.5 ਸਾਲ ਚ 1.5 ਸਾਲ ਪਹਿਲਾਂ ਇਦਾਂ ਦਾ ਕੀ ਹੋ ਗਿਆ ਤੁਸੀਂ ਇੱਥੋਂ ਘਰ ਛੱਡ ਕੇ ਚਲੇ ਗਏ ਹਾਂਜੀ ਇਹ ਮੇਰੇ ਘਰ ਵਾਲਾ ਮੈਨੂੰ ਘਰ ਛੱਡ ਮੈਂ ਛੱਡ ਕੇ ਨਹੀਂ ਗਈ ਘਰ ਜੀ ਸਹੀ ਦੱਸਾਂ ਮੈਂ ਕੋਈ ਘਰ ਛੱਡ ਕੇ ਗਈ ਮੇਰਾ ਘਰ ਵਾਲਾ ਮੈਨੂੰ ਖੁਦ ਆਪ ਗੱਡੀ ਚ ਜਾ ਕੇ ਪਿੱਕ ਲੈ ਕੇ ਮੇਰੀ ਸਿਸਟਰ ਦੇ ਛੋਟੀ ਦੇ ਮੈਂ ਮਤਲਬ ਬੇਟੀ ਹੋਣ ਵਾਲੀ ਸੀਗੀ ਉਹ ਢਿੱਲੀ ਮਿੱਸੀ ਹੋ ਗਏ ਸੀਗੇ ਇਸ ਕਰਕੇ ਅਸੀਂ ਉਹ ਮੈਨੂੰ ਉੱਥੇ ਛੱਡ ਕੇ ਆਇਆ ਮੇਰੀ ਕੋਈ ਕਿਸੇ ਨਾਲ ਸੱਸ ਸਹੁਰੇ ਨਾਲ ਲੜਾਈ ਝਗੜਾ ਨਹੀਂ ਤਾਂ ਨਾ ਮੇਰੇ ਘਰ ਵਾਲੇ ਨਾਲ ਉੱਥੇ ਜਾ ਕੇ ਪਤਾ ਨਹੀਂ ਇਹ ਬੰਦਿਆਂ ਨੇ ਕੀ ਉਹਨੂੰ ਤੁਮਾਇਆ ਉੱਥੇ ਜਾ ਕੇ ਮੇਰੇ ਨਾਲ ਲੜਾਈ ਹੋਈ ਹੈ ਮੇਰੇ ਘਰ ਵਾਲੇ ਦੀ
पूरे मैं सही गई दिवाली तो दूए दिन बाद मैं गई और असि वधिया दिवाली का त्योहार मनाया और बस मैं यही कहना चाहनी है क्योंकि मेरा घर पट्टन च ए बंदे दा ही हाथ आ इन्हें ही मेरे घर आले नु चक्या है जी सारा कुछ मतलब साडा मेरा मैं ये चाहनी हां मेनू इंसान मिले मेरे मुंडे नु हरेक चीज चो जो हिस्सा बनता वो चाहिए। थोड़े प्रॉब्लम आ रहे हैं भी तुसी घर छड़ के गए हो अपनी गलती ना। कोई नहीं गलत मैं गई नहीं घर छड़ के मैं लड़के गई हो नहीं जी नहीं गई मैं लड़के घर तो कह रहे ने भी वीडियो बनाई हुई है भी निहंग सिंह नाल आए ने नहीं जी कोई बाबा जी कैसे देख रहे हो थोड़े पंजाब ले जा रहे ने भी करे के कुट मार करके ने वाहेगुरु जी का खालसा वाहेगुरु जी की फतेह। बुलाओ बंदे नु बुला लो किनु कुटे प्यारी साथ संगत जी घर सिर्फ ए बेटा गया है इन्हां दा हां जी इन्हां को प्रूफ आ भी घर देखो जाके वीडियो बनाई भी बंदा हैगा करा ओ कराई ता ए बंदा जेड़ा इधर है ए उदा भरा है ए उनु बाहर छड़ के आया असि कहा भी बैठ के अपना कानून दे हिसाब नाल जाना तू जेड़े कार्ज है ए अपन जेड़िया कुड़िया घरां बैठिया है बैठ के गल्ला हुंदी लेके नहीं जांदे तंग परेशान ने अज कुड़िया दा बड़ा बुरा हाल है अज ओ मां बाप नु पुछ के देखो भी किदां ब्याह करदे किदां कार्ज करदे आ जिन्हां दी कुड़ी घर बैठ गई जाके अठ साल हो गए दस साल हो गए पंद्रह साल हो गए पंद्रह साल का बेटा हो गया कोई उन्हें खर्चा नहीं खर्चा भी क्या भी कानून के हिसाब भी मिलूगा उन्हें खर्चा भी नहीं दिता इन केस साडे कोल आया असि क्या भी कोई नहीं अपने कानून के हिसाब अपने सरपंच से घर जाना अपन ठीक है जी भी अपन बैठ के उत्थे गलबात करते हैं बाकी सरपंच का बेटा खड़िया इधर इन्होंने पूछो केड़िया उत्थे कोई डांगा नहीं करिया कोई कुछ नहीं बेटा गया साडे कोल वीडियो है नहंग मुंडा डरदा नहीं आ रहा ये टाइम धमकाया था नहीं जिक हम गल कर रहे थोड़े पिंड ने कहने का मतलब यह है जे टाइम रख के आते मुंडा हाजिर होंगे अगे टाइम रख के आ जाना कि बिना टाइम दसे ते आया ता करके मुंडा आ नहीं रहा है कुटमार भी हो सकती है कुछ भी कर सकते हैं ता करके नहीं पहला होई भी है जी हां होई भी है पहला ने दा झगड़ा बहुत होया सारी जमीन जायदाद बेचती ਇਹ ਬੰਦਾ ਉਹਦੇ ਨਾਲ ਸੀਗਾ ਮੈਂ ਹੁਣ ਕਿਸੇ ਪਿੰਡ ਦੇ ਪੁੱਛੋ ਵੀ ਮੈਂ ਉਹਦੇ ਕੰਮ ਕਰਦੀ ਸੀ ਗਰਮ ਕਿਉਂ ਹੁੰਦਾ ਤੁੰਨ ਕੇ ਪਿੱਛੇ ਕਰ ਰਿਹਾ ਵੀਡੀਓ ਸੀ ਮੈਂ ਸਾਹ ਜੀ ਉਹਨਾਂ ਕੰਮ ਕਰਦੇ ਸੀ ਸਾਹ ਜੀ ਭਾਈ ਬੁੱਧੂ ਆ ਲਾਈ ਮੈਂ ਬੁੱਧੂ ਯਾਰ ਭਾਈ ਅਜੇ ਕਿੱਦਾਂ ਤੱਕਾ ਕਿੱਦਾਂ ਕਰ ਰਿਹਾ ਯਾਰ ਤੂੰ ਤੂੰ ਪੱਤ ਕਰਾ ਕਿੱਦਾਂ ਤੱਕਾ ਕਰ ਰਿਹਾ ਨੂੰ ਅਜੇ ਤੇਰੇ ਨਾਲ ਪਿਆਰ ਨਾਲ ਗੱਲ ਕਰ ਰਹੇ ਆ ਤੂੰ ਤੱਕਾ ਕਰ ਰਹੇ ਆ ਆ ਵੀਰ ਜੀ ਸਾਡੇ ਠੀਕ ਆ ਪੰਚੋਂ ਆਪਣੇ ਘਰ ਰਹੂਗਾ ਸਾਡੇ ਘਰ ਨਹੀਂ ਆਉਂਗਾ ਤੂੰ ਭਾਈ ਮੇਰੀ ਗੱਲ ਸੁਣ ਤੱਕਾ ਕਿੱਦਾਂ ਕਰ ਰਹੇ ਹੋ ਗੱਲ ਕੋਈ ਨਹੀਂ ਵੀਰੇ ਕਰ ਰਹੇ ਪੱਕਾ ਭਾਈ ਪਿਆਰ ਨਾਲ ਗੱਲ ਕਰ ਜੀ ਵੀਡੀਓ ਬਣਾ ਤੂੰ ਵਿੱਚ ਪੜ ਰਿਹਾ ਯਾਰ ਵੀਡੀਓ ਮੈਂ ਬਣਾ ਰਿਹਾ ਪਿਆਰ ਵਾਲੀ ਗੱਲ ਉਹਦੇ ਤੱਕੇ ਯਾਰ ਪਿਆਰ ਵਾਲੀ ਗੱਲ ਵੀ ਹੋਣੀ ਹੋਈ ਮੈਂ ਵੀਡੀਓ ਬਣਾ ਰਿਹਾ ਦੇਖ ਬਣਾ ਰਿਹਾ ਯਾਰ ਤੂੰ ਕਿੱਦਾਂ ਗੱਲ ਕਰ ਰਿਹਾ ਤੂੰ ਮੈਂ ਕਹਿੰਦਾ ਤੇ ਅਸੀਂ ਤੇਰੇ ਹੱਕ 'ਚ ਇਲਜ਼ਾਮ ਦੀ ਗੱਲ ਉਧਰ ਕਰ ਰਹੇ ਆ ਤੂੰ ਸਾਡੀ ਉਲਟੀ ਵੀਡੀਓ ਬਣਾ ਰਿਹਾ ਉਪਰੋਂ ਤੱਕੇ ਕਰ ਰਿਹਾ ਤੂੰ ਇਧਰ ਕੱਢ ਜਾ ਵੀਰੇ ਠੀਕ ਆ ਕਰੋ गुरु गुरु वाले सिंह कदे भी किसी का गलत नहीं करते शांति गल ਬੈਠਣੇ ਆਏ ਨੇ ਗੱਲਬਾਤ ਕਰਨ ਆਏ ਨੇ ਬਾਬਾ ਜੀ ਕਿਵੇਂ ਦੇਖਦੇ ਰੁਪਈਆ ਕਿਸ ਤਰ੍ਹਾਂ ਦੇਖਦੇ ਪੰਚ ਦਾ ਗੁਰਪ੍ਰੀਤ ਦਾ
ਹੋਰ ਵੀ ਪਿੰਡ ਦੇ ਵਸਨੀਕ ਇੱਥੇ ਪਹੁੰਚੇ ਨੇ ਖਾਲਸਾ ਵੀਰ ਫਤਿਹ ਜੀ ਅਸੀਂ ਕੋਈ ਇੱਥੇ ਲੜਾਈ ਨਹੀਂ ਕਰਨ ਆਏ ਭਰਾਵੋ ਅਸੀਂ ਜੋ ਕੁੜੀ ਦਾ ਇਨਸਾਫ ਹੈ ਜੋ ਹੱਕ ਹੈ ਆਪਾਂ ਨੇ ਉਹ ਕਰਨਾ ਆਪਾਂ ਨੇ ਕੋਈ ਅਸੀਂ ਮੁੰਡੇ ਵਾਲਿਆਂ ਦੇ ਨਹੀਂ ਗਏ ਸਰਪੰਚ ਦੇ ਘਰਾਂ ਆਏ ਬੈਠ ਕੇ ਆਰਾਮ ਐਨ ਠੀਕ ਗੱਲ ਕੀਤੀ ਹੈ ਠੀਕ ਹੈ ਜੀ ਸਾਨੂੰ ਆਏ ਵੀ ਉਹਨਾਂ ਨਾਲ ਹੱਕ ਉਹਨਾਂ ਦਾ ਹੱਕ ਦਵਾਇਆ ਜਾਵੇ ਮੁੰਡਾ 15 ਦੇਖੋ 8 ਸਾਲ ਹੋ ਗਏ 8 ਦਾ 10 ਸਾਲ ਹੋ ਗਏ ਇੱਕ ਜਨਾਨੀ ਹੋਰ ਰੱਖੀ ਬੈਠਾ ਜਿਹਦੇ ਨਾਲ ਵਿਆਹੀ ਇਹ ਕੁੜੀ ਠੀਕ ਹੈ ਜੀ 15 ਸਾਲ ਦਾ ਬੇਟਾ ਹੈ ਜ਼ਮੀਨ ਵੀ ਵੇਚਤੀ ਠੀਕ ਹੈ ਜੀ ਅਸੀਂ ਜਿਹੜਾ ਸਾਡਾ ਕਾਰਜ ਹੈ ਵੀ ਇਹ ਕੁੜੀ ਦਾ ਹੱਕ ਮਿਲਿਆ ਜਾਵੇ ਇਹਨੂੰ ਵਸਾਇਆ ਜਾਵੇ ਇੱਥੇ ਅਸੀਂ ਵਸਾਉਣ ਵਾਸਤੇ ਆਏ ਆ ਤੁਹਾਡੇ ਕੋਲ ਤਾਂ ਜਾਨ ਨਿਵਾਰੇ ਨੇ ਵੀ ਕਰੇ ਕਿ ਧਮਕਾ ਕੇ ਆਨੇ ਹੋ ਪਤਾ ਨਹੀਂ ਗੱਲ ਆਇਆ ਨਹੀਂ ਕੋਈ ਉਹ ਨਹੀਂ ਕਰਿਆ ਠੀਕ ਹੈ ਜੀ ਬਾਕੀ ਸਤਗੁਰ ਨੂੰ ਪਤਾ ਪੂਰੇ ਪਿੰਡ ਨੂੰ ਪਤਾ ਏ ਜੇ ਅਸੀਂ ਕਿੰਨੇ ਇੱਥੇ ਕਿਹਨੂੰ ਧਮਕਾਇਆ ਕਿਹਨੂੰ ਡਰਾਇਆ ਏ ਸਰਪੰਚ ਨਹੀਂ ਸਰਪੰਚ ਦੇ ਘਰਾਂ ਗਏ ਉਹ ਸਰਪੰਚ ਨਹੀਂ ਖੜੀ ਆ ਜੀ ਉਧਰ ਇਹ ਸਰਪੰਚ ਨਹੀਂ ਖੜੀ ਇੱਧਰ ਇਹਨਾਂ ਨੂੰ ਪੁੱਛੋ ਅਸੀਂ ਡਰਾਇਆ ਕਿ ਧਮਕਾਇਆ ਏ ਪੁੱਛੋ ਇਹਨਾਂ ਨੂੰ ਸਤਿ ਸ੍ਰੀ ਅਕਾਲ ਜੀ ਤੁਸੀਂ ਸਰਪੰਚ ਸਾਹਿਬ ਦੇ ਘਰ ਵਾਲੇ ਅਜੀ ਜਿੱਕਣ ਇਹ ਗੱਲਾਂ ਹੋ ਰਹੀ ਆ ਵੀ ਹੁਣ ਧੀ ਭੈਣ ਚਲੋ ਪਿੰਡ ਚ ਰੋਲ ਰੱਪਾ ਤੁਹਾਨੂੰ ਪਤਾ ਘਰਾਂ ਦੇ ਵਿੱਚ ਹੁੰਦੇ ਰਹਿੰਦੇ ਨੇ ਹੁਣ ਕੁੜੀ ਨਾਲ ਪਰਿਵਾਰ ਨਾਲ ਗੱਲਬਾਤ ਕਰਨ ਆਏ ਸੀ ਮੁੰਡੇ ਤੇ ਕੁੜੀ ਨਾਲ ਹਨਾ ਨਿਹੰਗ ਸਿੰਘ ਵੀ ਨਾਲ ਆਏ ਸੀਗੇ ਜਿੱਕਣ ਹੁਣ ਕਹਿ ਰਹੇ ਨੇ ਗੁਰਪ੍ਰੀਤ ਸਿੰਘ ਪੰਚ ਨੇ ਵੀ ਘਰੇ ਕੇ ਧਮਕਾਇਆ ਧਮਕਾਇਆ ਇਹਦੇ ਵੀ ਗੱਲ ਹੋਈ ਆ ਜੇ ਮੈਨੂੰ ਨਹੀਂ ਪਤਾ ਮੇਰੇ ਤੋਂ ਘਰ ਇਹਨਾਂ ਦਾ ਪਰੇ ਆ ਮੈਂ ਤੁਹਾਨੂੰ ਐਵੇਂ ਕਹਾਂ ਧਮਕਾਇਆ ਤੁਹਾਡੇ ਘਰ ਦੀ ਗੱਲ ਕਰਦੇ ਆ ਤੁਸੀਂ ਸਾਡੇ ਘਰ ਕੋਈ ਧਮਕਾਇਆ ਗਿਆ ਨਹੀਂ ਹੈਗਾ ਐਵੇਂ ਤੁਹਾਨੂੰ ਮੈਂ ਝੂਠ ਮਾਰਿਆ ਵੀ ਤੁਸੀਂ ਦੇਖੋ ਵੀ ਤੁਹਾਡੇ ਘਰ ਕੋਈ ਗੱਲ ਨਹੀਂ ਹੋਈ ਮਤਲਬ ਕਿ ਇਦਾਂ ਦੀ ਸਾਡੇ ਘਰ ਗੱਲ ਕੋਈ ਨਹੀਂ ਹੋਈ ਸਾਡੇ ਘਰ ਤਾਂ ਇਹ ਕੁੜੀ ਬੋਲੀ ਨੇ ਅਸੀਂ ਨੂੰ ਕਹਿੰਦੇ ਬੋਲ ਨਾ ਪਿਆਰ ਨਾਲ ਗੱਲ ਕਰੋ ਜਿਹੜੀ ਕਰਨੀ ਆ ਦੇਖੋ ਹੁਣ ਜਿੱਦੇ ਕਿੰਨੇ ਸਾਲ ਦੀ ਹੋ ਗਈ ਬੈਠੀ ਸਾਨੂੰ ਨਹੀਂ ਪਤਾ ਕਿੰਨੇ ਸਾਲ ਹੋ ਗਏ ਬੈਠੀ ਇੱਕ ਵਾਰ ਨਹੀਂ ਪਿੰਡ ਦੀ ਪੰਚਾਇਤ ਲੈ ਕੇ ਆਈ ਮੇਰੇ ਕੋਈ ਪੰਚਾਇਤਾਂ ਲੈ ਕੇ ਆਉਂਦੀ ਕਮ ਸੇ ਕਮ ਜਿਹੜਾ ਮੇਰੇ ਤੋਂ ਪਹਿਲਾਂ ਸਰਪੰਚ ਤਾਂ ਉਹਦੇ ਕੋਲ ਪੰਚਾਇਤ ਲੈ ਕੇ ਆਉਂਦੀ ਇੱਕ ਵਾਰ ਆਪਣੀ ਪੰਚਾਇਤ ਲੈਣ ਦਾ ਹੱਕ ਬਣਦਾ ਤਾਂ ਵੀ ਜਿਹੜਾ ਰੋਲਾ ਹੋਇਆ ਵੀ ਮੈਂ 1.5 ਸਾਲ ਪਹਿਲਾਂ ਹੀ ਘਰ ਇੱਥੋਂ ਗਈ ਆ ਜੇ ਕੋਈ ਗੱਲ ਹੋਈ ਸੀ ਕਹਿੰਦੇ ਦੀਵਾਲੀ ਦੇ ਕੋਲ ਗਈ ਸੀ ਕਿ ਉਸ ਤੋਂ ਬਾਅਦ ਇੱਥੇ ਆਈ ਆ ਸਾਨੂੰ ਕਿਸੇ ਗੱਲ ਦਾ ਨਹੀਂ ਉਹਦੇ ਘਰ ਦਾ ਪਤਾ ਹੈਗਾ ਐਵੇਂ ਝੂਠ ਮਾਰੀ ਅਸੀਂ ਸਾਨੂੰ ਕਿਸੇ ਗੱਲ ਦਾ ਨਹੀਂ ਪਤਾ ਜਿਹੜਾ ਇਹਦਾ ਹੱਕ ਬਣਦਾ ਪਹਿਲਾਂ ਪੰਚਾਇਤ ਲੈ ਕੇ ਆਉਂਦੀ ਸਰਪੰਚ ਸਾਹਿਬ ਕਰੇ ਨੇ ਇਸ ਟਾਈਮ ਮੈਂ ਹੀ ਸਰਪੰਚ ਸਾਹਿਬ ਜੀ ਅੱਛਾ ਤੁਸੀਂ ਮੌਜੂਦਾ ਸਰਪੰਚ ਹੋ ਹਾਂਜੀ ਹਾਂਜੀ ਮਤਲਬ ਕਿ ਪਹਿਲਾਂ ਨਹੀਂ ਮਸਲਾ ਆਇਆ 1.5 ਸਾਲ ਦੇ ਵਿੱਚ ਵਿੱਚ ਕੋਈ ਮਸਲਾ ਨਹੀਂ ਆਇਆ ਹੈਗਾ ਇੱਕ ਵਾਰ ਵੀ ਨਾ ਸਾਡੇ ਕੋਲ ਗੱਲ ਨਹੀਂ ਕਰੀ ਹੈਗੀ ਅੱਜ ਇਹ ਇਹਨਾਂ ਨੂੰ ਲੈ ਕੇ ਆਈ ਆ ਦੇਖੋ ਅਗਲਾ ਹਰੇਕ ਡਰਦਾ ਇਹਨਾਂ ਨੂੰ ਨਾਲ ਆਉਣ ਤੇ ਪਹਿਲਾਂ ਇਹਦੀ ਪੰਚਾਇਤ ਨਾਲ ਗੱਲ ਕਰਨ ਦਾ ਫਰਜ਼ ਬਣਦਾ ਤਾਂ ਇਹ ਇਹਨਾਂ ਦਾ ਪਰਿਵਾਰ ਨੇ ਕਿਸੇ ਨੇ ਪੰਚਾਇਤ ਨਾਲ ਗੱਲ ਨਹੀਂ ਕਰੀ ਹੈਗੀ ਤੁਸੀਂ ਹੁਣ ਜਿੱਕਣਾ ਹੁਣ ਚਲੋ ਮੰਨ ਲਓ ਹੁਣ ਇੱਥੇ ਉੱਧਰ ਹੀ ਜਾਣਾ ਇੱਥੇ ਪਹਿਲਾਂ ਤੁਹਾਡੇ ਕੋਲ ਮੈਂ ਲੈ ਕੇ ਆਈ ਸੀ ਇਹਨਾਂ ਨੂੰ ਇਹ ਮੇਰੀ ਪੰਚਾਇਤ ਆ ਜਿਹੜੀ ਮੈਂ ਅੱਜ ਲੈ ਕੇ ਆਈ ਆ ਮੈਂ ਤੁਹਾਡੇ ਸਰਪੰਚ ਨਹੀਂ ਆਂਟੀ ਤੁਹਾਡੇ ਘਰ ਲੈ ਕੇ ਆਈ ਆ ਇਹ ਮੇਰੀ ਪੰਚਾਇਤ ਦੀ ਅੱਜ ਮੈਂ ਉੱਧਰ ਨਹੀਂ ਗਈ ਹੈਗੀ ਇਹ ਮੈਂ ਗੁਰਦੁਆਰੇ ਚੜ ਕੇ ਜਾਣ ਖਾਣ ਨੂੰ ਤਿਆਰ ਆ ਮੈਂ ਆਪਣੇ ਪੁੱਤ ਦੀ ਵੀ ਮੈਂ ਉਧਰਲੇ ਘਰ ਨਹੀਂ ਗਈ ਪਹਿਲਾਂ ਮੈਂ ਸਰਪੰਚ ਜੀ ਦੇ ਘਰ ਆਪਣੀ ਪੰਚਾਇਤ ਇਹ ਪੰਚਾਇਤ ਆ ਮੇਰੀ ਇਸ ਟਾਈਮ ਇਹ 15 ਸਾਲ ਦਾ ਬੇਟਾ ਹੈ ਠੀਕ ਹੈ ਜੀ ਆਪਾਂ ਨੇ ਸਾਡਾ ਕੰਮ ਹੈ ਭੈਣਾਂ ਨੂੰ ਵਸਾਉਣਾ ਧੱਕਾ ਨਹੀਂ ਹੁੰਦਾ ਜਿਹੜਾ ਕੁੜੀਆਂ ਘਰਾਂ ਬੈਠੀਆਂ ਏ ਲੈ ਕੇ ਨਹੀਂ ਜਾਂਦੇ ਤੰਗ ਪਰੇਸ਼ਾਨ ਨੇ ਅੱਜ ਦੇਖੋ ਇਹਨਾਂ ਨਾਲ ਧੱਕਾ ਹੋ ਰਿਹਾ ਕੱਲ ਨੂੰ ਹੋਰ ਨਾਲ ਹੋਊਗਾ ਨਹੀਂ ਗੁਰਪ੍ਰੀਤ ਸਿੰਘ ਇਹਨਾਂ ਇੰਨੀ ਕਿਉਂ ਉਹ ਕਰ ਰਿਹਾ ਇਹ ਗੁਰਪ੍ਰੀਤ ਸਿੰਘ ਨੇ ਵਿੱਚੋਂ ਕੁਝ ਖਾਧਾ ਏ ਇਹਨਾਂ ਨੇ ਮੇਰੀ ਜਿੱਦੀ ਜਮੀਨ ਮਾਨ ਜਿਵੇਂ ਜਮੀਨ ਮਤਲਬ ਵੇਚੀ ਆ ਉਹਦੇ ਵਿੱਚੋਂ ਇਹਨੂੰ ਕੁਛ ਨਾ ਕੁਛ ਮਿਲਿਆ ਮੁਆਫਾ ਮਿਲਿਆ ਇਹਨੂੰ ਨਹੀਂ ਇਹਨੂੰ ਕੀ ਲੋੜ ਆ ਪਿੰਡ ਦਾ ਹੋਰ ਵੀ ਬੰਦਾ ਏ ਗੁਰਪ੍ਰੀਤ ਸਿੰਘ ਜਿਨ੍ਹਾਂ ਨੇ ਸਾਡੇ ਨਾਲ ਹੱਥੋਂ ਪਾਈ ਕੀਤੀ ਮੌਜੂਦ ਨੇ ਵੀਰ ਇੱਕ ਗੱਲ ਪੁੱਛਣੀ ਚਾਹਾਂਗੇ ਸਰਪੰਚ ਸਾਹਿਬ ਇੱਥੇ ਮੌਜੂਦ ਹੈ ਪਿੰਡ ਦੇ ਨਾਲ ਨੇ ਇਹਨਾਂ ਨੇ ਕਿਹਾ ਵੀ ਕੋਈ ਧਮਕਾਉਣ ਵਾਲੀ ਗੱਲ ਨਹੀਂ ਹੋਈ ਤੁਸੀਂ ਐਡਾ ਵੱਡਾ ਇਲਜ਼ਾਮ ਲਗਾਇਆ ਨਿਹੰਗ ਸਿੰਘਾਂ ਦੇ ਕਿਹੜਾ ਇਲਜ਼ਾਮ ਲਾਤਾ ਵੀ ਘਰੇ ਆ ਕੇ ਧਮਕਾ ਗਏ ਨੇ ਘਰੇ ਗਏ ਨੇ ਜਦੋਂ ਬਾਹਰ ਵੀ ਗੇਟ ਦੇ ਸਰਪੰਚ ਸਾਹਿਬ ਦੇ ਘਰੋਂ ਲੋ ਸਰਪੰਚ ਸਾਹਿਬ ਦੇ ਘਰ ਨਹੀਂ ਕਿਹਾ ਗੁਰਮੀਤ ਸਿੰਘ ਦੇ ਘਰੇ ਜਾ ਕੇ ਬਾਹਰ ਖੜੇ ਆ ਜਦੋਂ ਨਿਹੰਗ ਸਿੰਘ ਲੈ ਕੇ ਜਾਓਗੇ ਤੁਸੀਂ 10 ਬੰਦੇ ਤਾਂ ਫਿਰ ਬੰਦਾ ਕਰੂਗਾ ਦੇਖੋ ਨਿਹੰਗ ਸਿੰਘ ਸਿਰਫ ਉਹਨਾਂ ਦੀ ਪ੍ਰੋਟੈਕਸ਼ਨ ਲਈ ਆਏ ਨੇ ਤਾਂ ਆਏ ਨੇ ਗੱਲਬਾਤ ਕਰਨ ਆਏ ਨੇ ਪਰਿਵਾਰ ਨਾਲ ਪਰਿਵਾਰ ਨਾਲ ਗੱਲਬਾਤ ਕਰ ਆ ਸਰਪੰਚ ਸਾਹਿਬ ਖੜੇ ਆ ਅਸੀਂ ਇਹਨਾਂ ਨੂੰ ਕਹਿ ਰਹੇ ਆ ਜੋ ਤੁਹਾਡੀ ਕਾਨੂੰਨੀ ਕਾਰਵਾਈ ਬਣਦੀ ਆ ਉਹ ਕਰ ਲਓ ਇਹਦੇ ਚ ਤਾਂ ਕੋਈ ਉਹ ਨਹੀਂ ਹੈਗਾ ਬਣਦੀ ਕਾਨੂੰਨੀ ਕਾਰਵਾਈ ਉਹ ਕਰੋ ਠੀਕ ਆ ਸਰਪੰਚ ਸਾਹਿਬ ਜਿੱਦਾਂ ਸਾਡਾ ਤਾਂ ਤੁਹਾਡੇ ਨਾਲ ਕੋਈ ਬਾਈ ਉਹਨਾਂ ਨਾਲ ਸਾਡਾ ਕੋਈ ਨਹੀਂ ਹੈਗਾ ਤੁਸੀਂ ਤੁਸੀਂ ਸਾਡਾ ਉਹਨਾਂ ਨਾਲ ਤੁਸੀਂ ਮਿਲ ਕੇ ਇੱਕ ਮਿੰਟ ਤੁਸੀਂ ਇਸ ਮੈਟਰ ਦੇ ਵਿੱਚ ਕਿਉਂ ਪੈ ਰਹੇ ਹੋ ਗੱਲ ਕੀ ਹੈ ਅਸੀਂ ਪੰਚਾਇਤ ਮੈਂਬਰ ਆ ਜੀ ਪੰਚਾਇਤ ਮੈਂਬਰ ਆ ਇੱਧਰ ਹਾਂਜੀ ਤਾਂ ਪੈ ਰਹੇ ਆ ਕਿਉਂਕਿ ਸਾਡੇ ਪਿੰਡ ਜਦੋਂ ਕੋਈ ਮਸਲਾ ਹੋਊਗਾ ਅਸੀਂ ਤਾਂ ਖੜਾਂਗੇ ਕਿਉਂਕਿ ਪੰਚਾਇਤ ਸਾਡੀ ਹਜੇ ਪਹਿਲਾਂ ਪੰਚਾਇਤਾਂ ਭੰਗ ਹੋ ਗਈਆਂ ਸੀਗੀਆਂ ਸਾਡੀਆਂ ਫੇਰ ਬਹਾਲ ਹੋ ਗਈਆਂ ਅਸੀਂ ਤਾਂ ਆਏ ਨਹੀਂ ਆਉਂਦੇ ਨਹੀਂ ਸੀਗੇ ਨਹੀਂ ਮੇਰੀ ਗੱਲ ਸੁਣੋ ਸਰਪੰਚ ਤੁਸੀਂ ਸਿਆਣੇ ਹੋ ਸਮਝਦਾਰ ਹੋ ਮੰਨ ਲਓ ਪਿੰਡ ਦੇ ਵਿੱਚ ਕੋਈ ਰੌਲਾ ਹੁੰਦਾ ਸਰਪੰਚ ਸਾਹਿਬ ਨੇ ਵੀ ਇਦਾਂ ਹੀ ਕਿਹਾ ਪਿੰਡ ਦੇ ਵਿੱਚ ਕਰੋਲਾ ਹੁੰਦਾ ਹੁਣ 1.5 ਸਾਲ ਪਹਿਲਾਂ ਇਹਨਾਂ ਨੂੰ ਨਿਬੇੜ ਦਿੰਦੇ ਨਿਬੇੜ ਤਾਂ ਦਿੰਦੇ ਇਹ ਸਾਡੇ ਕੋਲ ਮੈਂ 3 ਗੇਲਾ ਇਹਨਾਂ ਦੇ ਘਰੇ ਜਾ ਕੇ ਆਇਆ 1.5 ਸਾਲ ਪਹਿਲਾਂ ਵੀ ਗੱਲ ਹੋਈ ਇਹਨਾਂ ਨੇ ਸਾਡੇ ਨਾਲ ਗੱਲ ਨਹੀਂ ਕੀਤੀ ਕੋਈ ਮੈਂ ਤੁਹਾਨੂੰ ਇੱਕ ਗੱਲ ਕਹਿ ਰਹੀ ਹਾਂ ਠੀਕ ਆ ਕੋਈ ਬੇਦਖਲ ਨਹੀਂ ਕੀਤਾ ਵੇ ਇਹਨਾਂ ਨੇ ਸਾਨੂੰ ਠੀਕ ਆ ਮੈਂ ਐਨ ਰੋਟੀ
ਆਪਾਂ ਕਾਨੂੰਨੀ ਕਾਰਵਾਈ ਕਰੋ ਤੁਸੀਂ ਹੱਥ ਬੰਨ ਕੇ ਬੇਨਤੀ ਕੇਸ ਵੀ ਚੱਲ ਰਿਹਾ ਇਸ ਸੰਬੰਧੀ ਕੋਈ ਕੇਸ ਨਹੀਂ ਚੱਲਦਾ ਇਹਨਾਂ ਨੇ ਨਾਲੇ ਇੱਕ ਇਹ ਹੁਣ ਮੇਰੇ ਘਰ ਵਾਲੇ ਨੇ ਘਰ ਚ ਇੱਕ ਤੀਵੀਂ ਰੱਖੀ ਹੋਈ ਆ ਨਜਾਇਜ਼ ਸੰਬੰਧਾਂ ਚ ਤੇ ਉਹਨਾਂ ਦਾ ਮੈਂ ਚਾਹੁੰਦੀ ਆ ਵੀ ਮੈਡੀਕਲ ਕਰਾਓ ਇਹ ਕਹਿ ਰਹੇ ਹੋ ਮਕਾਨ ਮਾਲਕ ਨੇ ਇਹਨਾਂ ਨੇ ਉਹ ਘਰ ਚ ਤੀਵੀਂ ਕਿਉਂ ਲਿਆ ਕੇ ਦਿੱਤੀ ਖਾਨ ਸਾਹਿਬ ਜਿਹੜੇ ਲੇਡੀਜ਼ ਦੇ ਇਲਜ਼ਾਮ ਲਗਾ ਰਹੇ ਨੇ ਵੀ ਇਹਨਾਂ ਦੇ ਹਸਬੰਡ ਨੇ ਰੱਖੀ ਹੈ ਕਿ ਗੱਲ ਸੱਚੀ ਹੈ ਹਸਬੰਡ ਨੇ ਵੀਰੇ ਨਾ ਤਾਂ ਇਹਦਾ ਹਸਬੰਡ ਉਹਨੂੰ ਪੁੱਛਦਾ ਆਪਣੇ ਬਾਪ ਨੂੰ ਨਾ ਇਹ ਪੁੱਛਦੀਆਂ ਨੂੰ ਹੁਣ ਇਸੇ ਟਾਈਮ ਉਹਨੇ ਜਦੋਂ ਬੰਦਾ ਬਿਮਾਰ ਆ ਉਹ ਕੋਈ ਕੰਮ ਵਾਲੀ ਕੇਅਰ ਟੇਕਰ ਤਾਂ ਰੱਖੂਗਾ ਹੀ ਨਹੀਂ ਜਦੋਂ 15 ਸਾਲ ਹੋ ਗਏ 15 ਸਾਲ ਵੀ ਤਾਂ ਇਹਨਾਂ ਨੇ ਕੱਟੇ ਨੇ ਇਸ ਧੀ ਨੇ ਪਰਿਵਾਰ ਦੇ ਵਿੱਚ ਜਦੋਂ ਉਹਦੇ ਚੱਲਦੇ ਹੁਣ 1.5 ਸਾਲ ਚ ਇਦਾਂ ਕੀ ਹੋ ਗਿਆ ਵੀ ਇਹਨਾਂ ਨੂੰ ਜਨਾਨੀ ਲੈਣੀ ਪਈ ਜਦੋਂ ਹੱਡ ਪੈਰ ਚੱਲਦੇ ਸੀਗੇ ਉਹਦੇ ਜਦੋਂ ਖੜ ਕੇ ਤਾਂ ਉਹਨਾਂ ਨੇ ਕੇਅਰ ਟੇਕਰ ਰੱਖ ਲਈ ਠੀਕ ਹੈ ਨਾ ਇਹ ਤਾਂ ਕਹਿੰਦੇ ਵੀ ਕੇਅਰ ਟੇਕਰ ਰੱਖੀ ਇਹ ਗਲਤ ਕਹਿ ਰਹੇ ਆ ਵੀਰ ਜੀ ਜਦੋਂ ਵੀ ਮੇਰਾ ਸਹੁਰਾ ਅੱਜ ਬਿਮਾਰ ਹੋਇਆ ਉੱਥੇ ਸਾਹਮਣੇ ਮੇਰੇ ਤਾਂ ਮੈਂ ਚੱਕ ਕੇ ਭੱਜੀ ਆਪਣੇ ਸਹੁਰੇ ਨੂੰ ਮੇਰੇ ਘਰ ਵਾਲਾ ਉਰੇ ਕੋਈ ਰਹਿ ਰਿਹਾ ਮੇਰੇ ਘਰ ਵਾਲੇ ਨੂੰ ਦਵਾਈ ਖਾਦੀ ਉਹਦੇ ਬਾਪ ਨੇ ਖੜਾਈ ਤਾਂ ਮੈਂ ਚੱਕਿਆ ਉਹਦਾ ਐਕਸੀਡੈਂਟ ਹੋਇਆ ਉਹਨੂੰ ਪੀਜੀਆਈ ਚ ਤਾਂ ਮੈਂ ਲੈ ਕੇ ਗਈ ਕੌਣ ਕਹਿੰਦਾ ਮੈਂ 15 ਸਾਲ ਤੋਂ ਐਨ ਵਧੀਆ ਰਹਿ ਰਹੀ ਸੀ ਤੇ ਦੇਖਦੇ ਆ ਹੁਣ ਜਿਕਣਾ ਇਹਨਾਂ ਸਾਰਿਆਂ ਦਾ ਕਹਿਣਾ ਸਰਪੰਚ ਸਾਹਿਬ ਦੇ ਵੀ ਬਿਆਨ ਆਏ ਨੇ ਜਿਕਣਾ ਨਿਹੰਗ ਸਿੰਘ ਇੱਥੇ ਪਹੁੰਚੇ ਸੀਗੇ ਗੁਰਪ੍ਰੀਤ ਸਿੰਘ ਪੰਚ ਵੀ ਨੇ ਪਿੰਡ ਦੇ ਇਹਨਾਂ ਦਾ ਕਹਿਣਾ ਵੀ ਇੱਥੇ ਨਿਹੰਗ ਸਿੰਘਾਂ ਵੱਲੋਂ ਗੁਰਮੀਤ ਸਿੰਘ ਦੇ ਘਰੇ ਅੱਗੇ ਧਮਕਾਇਆ ਜਾਂਦਾ ਤੇ ਸਰਪੰਚ ਸਾਹਿਬ ਦਾ ਕਹਿਣਾ ਵੀ ਮੇਰੇ ਘਰੇ ਵੀ ਗਏ ਸੀ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਵੀ ਧਮਕਾਉਣ ਵਾਲੀ ਨਿਹੰਗ ਸਿੰਘ ਵੀ ਹੁਣ ਕਿਵੇਂ ਦੇਖਦੇ ਹੋ ਵੀ ਮਸਲਾ ਕੀ ਹੈ ਹੁਣ ਕੀ ਚਾਹੁੰਦੇ ਇਨਸਾਫ ਚਾਹੁੰਦੇ ਹੋ ਵੀ ਧੀ ਨੂੰ ਘਰ ਵਸਾਉਣਾ ਚਾਹੀਦਾ ਅਸੀਂ ਇਹੀ ਬੇਨਤੀ ਕਰਦੇ ਆਪਣੇ ਕਾਨੂੰਨ ਦੇ ਸਾਹਮਣੇ ਵੀ ਆਪਣੇ ਇਹਦਾ ਘਰ ਵਸਾਉਣਾ ਹੈ ਅਸੀਂ ਉਜਾੜ ਦੇਣੀ ਅਸੀਂ ਤਾਂ ਭੈਣਾਂ ਦੇ ਘਰ ਵਸਾਉਣੇ ਆ ਸਾਡਾ ਕੰਮ ਹੈ ਵਸਾਉਣਾ ਇਹਨਾਂ ਦਾ ਇਹਨਾਂ ਨੂੰ ਇਨਸਾਫ ਦਿਵਾਉਣਾ ਹੁਣ 15 ਸਾਲ ਦਾ ਬੇਟਾ ਹੈ ਇਹਨੂੰ ਇਹਦਾ ਹੱਕ ਕਿੱਥੇ ਜਾਊਗਾ ਜਾਂ ਜ਼ਮੀਨ ਹੈ ਸਾਰੀ ਬੇਇੱਜ਼ਤੀ ਘਰ ਵਾਲੀ ਜਿਹੜਾ ਭਰਾ ਹੈ ਇਹਨਾਂ ਦਾ ਹੀ ਉਹ ਘਰ ਹੋਰ ਜਨਾਨੀ ਨੂੰ ਰੱਖੀ ਬੈਠਾ ਹੈ ਇਹ ਕਿੱਥੇ ਜਾਊਗੀ ਵਿਚਾਰੀ ਜੇ ਆਪਣਾ ਹੁਣ ਇਹ ਬੱਚੇ ਜੰਮਣੇ ਨੂੰ ਰੱਖਿਆ ਵੀ ਆਏ ਮੈਂ ਇਹੀ ਬੇਨਤੀ ਕਰਦੇ ਹਾਂ ਅਸੀਂ ਵੀ ਇਹਦਾ ਹੱਕ ਅਸੀਂ ਦਵਾ ਕੇ ਰਵਾਂਗੇ ਮਹਾਰ ਦੀ ਕਿਰਪਾ ਨਾਲ ਆ ਮਹਾਲ ਸਿੰਘ ਨੇ ਸਾਨੂੰ ASI ਨੇ ਮਰਿੰਡੇ ਸੱਦਿਆ ਹੁਣ ਕਹਿੰਦੇ ਤੁਸੀਂ ਸਾਡੇ ਕੋਲ ਆਓ ਅਸੀਂ ਹੱਕ ਦਵਾਵਾਂਗੇ ਇਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਰਪੰਚ ਸਾਹਿਬ ਮੌਜੂਦ ਨੇ ਸਰਪੰਚ ਸਾਹਿਬ ਹੁਣ ਦੋਵੇਂ ਪਰਿਵਾਰਾਂ ਨੂੰ ਬਿਠਾਉਂਗੇ ਗੱਲਬਾਤ ਕਰਾਉਂਗੇ ਦੇਖੋ ਜੀ ਹੁਣ ਮੁੰਡਾ ਤਾਂ ਉਰੇ ਹੈ ਨਹੀਂ ਕਹਿੰਦੇ ਹੁਣ ਮੈਂ ਗੱਲ ਕਿਹਦੇ ਨਾਲ ਕਰਾਵਾਂ ਇਹਨਾਂ ਦੀ ਜਾਂ ਤਾਂ ਇਹ ਸਾਨੂੰ ਟਾਈਮ ਦੇ ਕੇ ਆਉਂਦੇ ਇਹਨਾਂ ਨੇ ਸਾਨੂੰ ਟਾਈਮ ਤਾਂ ਦਿੱਤਾ ਨਹੀਂ ਹੈਗਾ ਸਾਨੂੰ ਟਾਈਮ ਦੇ ਕੇ ਆਉਂਦੇ ਫਿਰ ਤਾਂ ਅਸੀਂ ਮੁੰਡੇ ਨੂੰ ਬਿਠਾ ਲਦੇ ਪਹਿਲੀ ਗੱਲ ਤਾਂ ਅਗਲਾ ਹਰੇਕ ਨਿਹੰਗਾ ਸਿੰਘਾਂ ਨੂੰ ਦੇਖ ਕੇ ਡਰਦਾ ਇਹਨਾਂ ਨੂੰ ਪੰਚਾਇਤ ਲਿਆਉਣੀ ਚਾਹੀਦੀ ਸੀ ਕਿੰਨੇ ਸਾਲ ਹੋ ਗਏ ਇਹਨੂੰ ਬੈਠੀ ਹੋਈ ਪੰਚਾਇਤ ਨਹੀਂ ਲੈ ਕੇ ਸਾਡੇ ਤੱਕ ਅੱਜ ਤੱਕ ਕੋਈ ਗੱਲ ਨਹੀਂ ਪਹੁੰਚੀ ਹੈਗੀ ਮੈਂ ਤੁਹਾਨੂੰ ਐਵੇਂ ਝੂਠ ਮਾਰ ਰਿਹਾ ਜੇ ਮੰਨ ਲਓ ਹੁਣ ਥਾਣੇ ਵਿੱਚ ਗੱਲ ਜਾਂਦੀ ਹੈ ਜਾਂ ਹੁਣ ਪੰਚਾਇਤ ਤੱਕ ਗੱਲ ਪਹੁੰਚ ਗਈ ਕਿ ਹੁਣ ਧੀ ਦੇ ਨਾਲ ਖੜੂਗੇ ਸਪੋਰਟ ਕਰੂਗੇ ਇਸਦੀ ਅਸੀਂ ਸਪੋਰਟ ਤਾਂ ਅਸੀਂ ਸਾਂਝੇ ਬੰਦੇ ਅਸੀਂ ਸਾਂਝੀ ਗੱਲ ਕਰਾਂਗੇ ਜੇ ਸਾਨੂੰ ਪਤਾ ਲੱਗਿਆ ਅਸੀਂ ਸਾਂਝੀ ਗੱਲ ਕਰਾਂਗੇ ਅਸੀਂ ਐ ਨਹੀਂ ਵੀ ਮੁੰਡੇ ਦਾ ਪੱਖ ਲਾਉਂਗੇ ਜਾਂ ਕੁੜੀ ਦਾ ਪੱਖ ਲਾਉਂਗੇ ਅਸੀਂ ਸਾਂਝੀ ਗੱਲ ਕਰਾਂਗੇ ਠੀਕ ਮੈਂ ਜ਼ਰੂਰ ਕਰੂੰਗੀ ਗੱਲ ਮੈਂ ਚਾਹੁੰਦੀ ਹਾਂ ਮੇਰੇ ਪੁੱਤ ਨੂੰ ਸਭ ਕੁਝ ਮਿਲੇ ਮਤਲਬ ਜਾਇਦਾਦ ਚੋਂ ਸਭ ਕੁਝ ਮਿਲੇ ਇਹਨਾਂ ਨੇ ਜਿਵੇਂ ਹੁਣ ਸਾਰੀ ਜੱਦੀ ਜਾਇਦਾਦ ਵੇਚੀ ਆ ਮੈਂ ਚਾਹੁੰਦੀ ਹਾਂ ਮੇਰਾ ਪੁੱਤ ਆ ਉਹਨੂੰ ਸਭ ਕੁਝ ਮਤਲਬ ਉਹ ਚੋਂ ਹਿੱਸਾ ਮਿਲਣਾ ਚਾਹੀਦਾ ਮੇਰਾ ਪੁੱਤ ਆ ਇਹਨੂੰ ਪੁੱਛੋ ਇਹ ਘਰੇ ਗਿਆ ਸੀਗਾ ਤੇ ਇਹਨੇ ਉਹ ਜਨਾਨੀ ਦੇਖੀ ਆ ਉਹ ਮੈਨੂੰ ਐਂ ਕਹਿ ਰਿਹਾ ਸੀ ਡੈਡੀ ਵੀ ਤੂੰ ਆ ਜਾ ਉਹਨੂੰ ਕਰ ਦੂੰਗੇ ਘਰੋਂ ਕਿਹਨੂੰ ਮੈਨੂੰ ਕਹਿ ਰਹੇ ਸੀ ਉਹਨੂੰ ਜਿਹੜੀ ਲੇਡੀਜ਼ ਰੱਖੀ ਵੀ ਆ ਤੈਨੂੰ ਕਹਿ ਰਹੇ ਸੀ ਵੀ ਤੁਸੀਂ ਘਰੇ ਆ ਜਾਓ ਉਹਨੂੰ ਕਰ ਦਾਂਗੇ ਘਰੋਂ ਮੈਨੂੰ ਕਹਿ ਰਹੇ ਸੀ ਵੀ ਤੂੰ ਘਰੇ ਆ ਜਾ ਉਹਨੂੰ ਕਰ ਦੂੰਗੇ ਅੱਛਾ ਕੱਢੂਗੇ ਕਿਹਨੂੰ ਉਹ ਜਿਹੜੀ ਰੱਖੀ ਹੋਈ ਆ ਉਹਨਾਂ ਨੇ ਘਰੇ ਜਿਹੜੀ ਰੱਖੀ ਹੋਈ ਆ ਹਾਂਜੀ ਕੱਪੜੇ ਕਿੱਥੇ ਪਏ ਸੀਗੇ ਉਹਦੇ ਮੇਰੇ ਬੇਟੇ ਨੇ ਕਾਫੀ ਲਵਾਰੀ ਲੂਰੀ ਵੀ ਫੋਲੀ ਜਾ ਕੇ ਉਹਨਾਂ ਨੇ ਮਤਲਬ ਮੇਰੀਆਂ ਟੂੰਬਾਂ ਵੀ ਪਾਈਆਂ ਹੋਈਆਂ ਇਸ ਟਾਈਮ ਉਹ ਲੇਡੀਜ਼ ਨੇ ਤੇ ਉਹਨਾਂ ਨੇ ਮੇਰੀ ਲਵਾਰੀ ਚ ਕੱਪੜੇ ਵੀ ਰੱਖੇ ਹੋਏ ਇਹ ਤਾਂ ਕਹਿ ਰਹੇ ਆ ਉਹ ਮਤਲਬ ਵੀ ਕੰਮ ਵਾਲੀ ਰੱਖੀ ਵੀ ਆ ਨਹੀਂ ਉਹ ਉਹਨਾਂ ਨੇ ਆਪਣੇ ਘਰ ਵਿੱਚ ਲੇਡੀਜ਼ ਮਤਲਬ ਮੇਰੇ ਤੋਂ ਇਲਾਵਾ ਮੈਂ ਇਹ ਚਾਹੁੰਦੀ ਆ ਵੀ ਮੈਨੂੰ ਇਨਸਾਫ ਮਿਲੇ ਮਤਲਬ ਉਹ ਲੇਡੀਜ਼ ਕਿਉਂ ਰੱਖੀ ਹੋਈ ਕਿਸ ਵੇਸ ਤੇ ਰੱਖੀ ਵੀ ਆ ਜਦੋਂ ਮੈਂ ਆਪਣੇ ਫਾਦਰ ਦੇ ਘਰ ਰਹਿ ਰਹੀ ਆ ਤੇ ਇਹਨਾਂ ਨੇ ਲੇਡੀਜ਼ ਕਿ ਥੋੜਾ ਜਿਹਾ ਨਾ ਪੰਚਾਇਤ ਨੂੰ ਥੋੜਾ ਫਰਜ਼ ਦੀ ਸਣਾ ਵੀ ਤੁਸੀਂ ਪੰਚਾਇਤ ਨਾਲ ਵੀ ਥੋੜਾ ਕੋਆਪਰੇਟ ਕਰੋ ਕਿਉਂਕਿ ਪੰਚਾਇਤ ਤੁਹਾਨੂੰ ਪਤਾ ਸਾਂਝੀ ਹੁੰਦੇ ਪਿੰਡ ਦੀ ਹਾਂਜੀ ਹਾਂਜੀ ਮੈਂ ਉਹੀ ਤਾਂ ਗੱਲ ਕਰ ਰਹੀ ਹਾਂ ਵੀ ਉਹ ਵੀਰ ਜੀ ਪੰਚ ਨੇ ਉਹ ਮੇਰਾ ਪੱਕ ਕਿਉਂ ਨਹੀਂ ਕਰ ਰਹੇ ਇੱਕ ਦਾ ਪੱਕਰ ਕਰ ਰਹੇ ਆ ਜਾਂ ਮੈਂ ਕਹਿ ਰਹੀ ਆ ਮੈਂ ਉਹਨਾਂ ਨੂੰ ਸਿਰਫ ਸਿੰਪਲ ਗੱਲਾਂ ਕਹੀਆਂ ਏ ਉਹ ਮੈਨੂੰ ਗਲਤ ਡਰਾ ਰਹੇ ਆ ਐਵੇਂ ਥੋੜੇ ਪੰਚਾਇਤ ਦਾ ਹੱਕ ਹੁੰਦਾ ਨਾ ਦੋਹੇ ਧਿਰਾਂ ਦੀ ਗੱਲ ਸੁਣਨ ਦਾ ਤੇ ਉਹ ਵੀਰਾਂ ਮੈਨੂੰ ਉੱਠ ਕੇ ਗਲਤ ਬੋਲ ਰਿਹਾ ਉਹਦਾ ਕੋਈ ਮਤਲਬ ਨਹੀਂ ਇੱਕ ਤੇ ਹੱਥ ਮਤਲਬ ਗਲਤ ਬੋਲਣ ਦਾ ਬਸ ਮੈਂ ਇਹੀ ਕਹਿੰਦੀ ਹਾਂ ਮੈਨੂੰ ਇਨਸਾਫ ਮਿਲੇ ਵੀਰ ਜੀ ਪੂਰੀ ਵੀਡੀਓ ਦੇਖੀ ਹੈ ਵੀ ਕਿਸ ਤਰ੍ਹਾਂ ਨਿਹੰਗ ਸਿੰਘ ਪਿੰਡ ਦੇ ਵਿੱਚ ਪਹੁੰਚਦੇ ਨੇ ਤੇ ਰੌਲਾ ਹੁੰਦਾ ਇੱਕ ਪੰਚ ਉੱਥੇ ਪਹੁੰਚਦਾ ਸਾਨੂੰ ਵੀ ਮਤਲਬ ਕਿ ਰੋਕਣ ਦੀ ਵੀਡੀਓ ਕੋਸ਼ਿਸ਼ ਕੀਤੀ ਜਾਂਦੀ 6-7 ਵਾਰੀ ਸਾਡੇ ਕੈਮਰੇ ਦੇ ਉੱਪਰ ਵੀ ਉਹਨਾਂ ਨੇ ਹੱਥ ਮਾਰੇ ਉਸ ਤੋਂ ਬਾਅਦ ਸਾਡੇ ਨਾਲ ਵੀ ਹੱਥੋਂ ਪਾਈ ਹੁੰਦੇ ਨੇ ਤੇ ਪੂਰੀ ਵੀਡੀਓ ਪਹਿਲੇ ਧਿਰ ਦੀ ਸੁਣੀ ਦੂਜੀ ਧਿਰ ਨਾਲ ਅਸੀਂ ਕੰਟੈਕਟ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਉਹਨਾਂ ਨੂੰ ਸਵੇਰ ਤੋਂ
इन्हां दोनों नंबरां ते असीं बहुत फोन कीते ने पर कोई संपर्क नहीं कीता। ते अखीर विच साडे वल्लों प्रशासन नूं ही बेनती है भी दोहां धिरां नूं बुला के जो भी आपसी फैसला है वह किया जाए। धन्यवाद जी।